ਸ਼ਾਬਾਸ਼ ਮੇਰਾ ਨਾਮ ਸ਼ੁਕਰਾਤ ਕਰ ਰਿਹਾ ਹੈ ਜੀ ਸੱਚੀ ਲੋੜ ਪੈ ਗਈ ਧਰਨਿਆਂ ਦੇ ਬਹਿਣ ਦੀ ਪ੍ਰਦਰਸ਼ਨ ਕਰਨ ਦੀ 2014 ਤੋਂ ਬਾਅਦ ਦੇਖ ਰਹੇ ਹੋ ਕੇਂਦਰ ਸਰਕਾਰ ਮੰਤਰੀ ਨਿਰਮਲਾ ਸਰ ਕੇਂਦਰ ਸਰਕਾਰ ਨੂੰ ਤੇ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ ਜੀ ਕੇਂਦਰ ਸਰਕਾਰ ਨੂੰ ਤੇ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ ਅਸੀਂ ਜਿੰਨਾ ਕੁ ਤਰਸਤ ਹੋ ਚੁੱਕੇ ਹਾਂ ਮਹਿੰਗਾਈ ਤੋਂ ਲੈ ਕੇ ਆਹ ਸਾਰੇ ਡਾਟੇ ਮੈਂ ਕਢਾਏ ਆ ਜੀ ਇਹ 18 ਸਾਲ ਦੇ ਸਾਡੇ ਕੋਲ ਚਾਰਟ ਨੇ ਇਹਦੇ ਵਿੱਚ ਮੈਂ ਅੱਗੇ ਵੀ ਦੱਸ ਚੁੱਕਿਆ ਕਿ ਅਪ੍ਰੈਲ 2008 ਦੇ ਵਿੱਚ 45 ਰੁਪਏ 50 ਪੈਸੇ ਪੈਟਰੋਲ ਸੀ ਜੀ 31 ਰੁਪਏ 76 ਪੈਸੇ ਡੀਜ਼ਲ ਸੀ ਉਸ ਟਾਈਮ ਦੇ ਵਿੱਚ ਬੈਰਲ ਦਾ ਰੇਟ ਜਿਹੜਾ ਸੀਗਾ 108 ਰੁਪਈਏ 76 ਪੈਸੇ ਬੈਰਲ ਦਾ ਰੇਟ ਸੀ ਔਰ ਰੇਟ ਤੁਹਾਨੂੰ ਮੈਂ ਦੱਸ ਦਿੱਤਾ 45 ਰੁਪਈਏ ਪੈਟਰੋਲ ਔਰ 31 ਰੁਪਏ ਡੀਜ਼ਲ ਅੱਜ ਦੇ ਸਮੇਂ ਦੇ ਵਿੱਚ ਬੈਰਲ ਦਾ ਰੇਟ ਸਿਰਫ 53 ਰੁਪਏ 60 ਪੈਸੇ ਹੈ ਆਹ ਤੁਸੀਂ ਦੇਖ ਸਕਦੇ ਹੋ ਜਨਵਰੀ 2021 ਬੈਰਲ ਦਾ ਰੇਟ 53 ਰੁਪਏ 60 ਪੈਸੇ ਹੈ ਲੇਕਿਨ ਰੇਟ ਪੈਟਰੋਲ 92-93 ਬੋਲ ਰਿਹਾ ਔਰ ਡੀਜ਼ਲ ਜਿਹੜਾ ਵਾ ਉਹ 83 ਰੁਪਏ ਲੀਟਰ ਬੋਲ ਰਿਹਾ ਇਹਦਾ ਸਾਨੂੰ ਜਵਾਬ ਚਾਹੀਦਾ ਕਿ ਜਦੋਂ $108 ਪ੍ਰਤੀ ਬੈਰਲ ਦੇ ਰੇਟ 'ਤੇ 45 ਪੈਟਰੋਲ ਅਤੇ 31 ਡੀਜ਼ਲ ਮਿਲ ਸਕਦਾ ਸੀ ਅੱਜ 53 ਰੁਪਈਏ ਜਾਂ 63 ਰੁਪਈਏ ਪ੍ਰਤੀ ਡਾਲਰ ਦੇ ਉੱਪਰ ਲੋਕਾਂ ਨਾਲ ਇਹ ਧੱਕਾ ਕਿਉਂ ਹੋ ਰਿਹਾ ਇਹ ਵਾਧੇ ਕਿਉਂ ਕੀਤੇ ਜਾ ਰਹੇ ਆ ਕਿ ਅਸੀਂ ਵੋਟਾਂ ਨਹੀਂ ਪਾਈਆਂ ਕਿ ਅਸੀਂ ਇੱਥੋਂ ਹਿੰਦੁਸਤਾਨ ਦੇ ਵਸਨੀਕ ਨਹੀਂ ਸਾਡੇ ਨਾਲ ਧੱਕਾ ਕਿਉਂ ਹੋ ਰਿਹਾ ਦਿਨ ਪ੍ਰਤੀ ਦਿਨ ਸਿਲੰਡਰ ਮਹਿੰਗੇ ਕਰ ਰਹੇ ਆ ਤੇਲ ਮਹਿੰਗਾ ਖਾਣ ਵਾਲੇ ਤੇਲ ਮਹਿੰਗੇ ਆ ਰਸੋਈ ਮਹਿੰਗੀ ਹੋ ਗਈ ਆਉਣ ਜਾਣ ਮਹਿੰਗਾ ਹੋ ਗਿਆ ਇਹ ਮੋਦੀ ਸਰਕਾਰ ਲੋਕਾਂ ਨੂੰ ਕਿਉਂ ਮਾਰਦੀ ਪਈ ਹੈ ਅਸੀਂ ਇਹਨਾਂ ਤੋਂ ਜਵਾਬ ਚਾਹੁੰਦੇ ਹਾਂ ਸੈਂਟਰ ਗੌਰਮੈਂਟ ਨੂੰ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ ਤੁਹਾਡੇ ਵੱਲੋਂ ਇੱਕ ਦਿਨ ਦਾ ਪ੍ਰਦਰਸ਼ਨ ਕਰਨਾ ਕੇਂਦਰ ਸਰਕਾਰ ਮਾਨੂ ਕਿਉਂਕਿ 3 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਸਰਹੱਦਾਂ ਦੇ ਉੱਤੇ ਬੈਠੇ ਇੱਕ ਕਿਸਾਨ ਸ਼ਹੀਦ ਹੋ ਗਏ ਆਪਣੇ ਹੱਕਾਂ ਵਾਸਤੇ ਸਰ ਦੇਖੋ ਕਿਸਾਨਾਂ ਨੇ ਇਹ ਉਮੀਦ ਨਹੀਂ ਸੀ ਕੀਤੀ ਕਿ ਸਾਡਾ ਇਹ ਪ੍ਰਦਰਸ਼ਨ ਜਿਹੜਾ ਵਾ ਮੋਦੀ ਸਰਕਾਰ ਨੂੰ ਕੋਈ ਅਸਰ ਨਹੀਂ ਪਾਏਗਾ ਅਸੀਂ ਦੁਰਲੰਤ ਕਹਿੰਦੇ ਹਾਂ ਇਸ ਸਰਕਾਰ ਨੂੰ ਕਿ 200 ਤੋਂ ਵੱਧ ਕਿਸਾਨ ਮਰ ਜੇ ਅਤੇ ਸਾਡਾ ਪ੍ਰਾਈਮ ਮਿਨਿਸਟਰ ਇੱਕ ਸ਼ਬਦ ਨਾ ਬੋਲੇ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਇਸ ਉਮੀਦ ਦੇ ਨਾਲ ਆਪਣੇ ਜ਼ਮੀਰ ਨੂੰ ਜਾਗਦਾ ਰੱਖਦੇ ਹੋਏ ਇਸ ਪ੍ਰਦਰਸ਼ਨ 'ਤੇ ਬੈਠੇ ਹਾਂ ਮੋਦੀ ਸਰਕਾਰ ਸਾਨੂੰ ਕਿਸ ਨਜ਼ਰ ਨਾਲ ਵੇਖੇਗੀ ਸਾਡਾ ਸੁਨੇਹਾ ਉਹਨਾਂ ਤੱਕ ਪਹੁੰਚਦਾ ਹੈ ਨਹੀਂ ਪਹੁੰਚਦਾ ਉਹ ਬਾਅਦ ਦੀ ਬਾਅਦ 'ਚ ਵੇਖਾਂਗੇ ਲੇਕਿਨ ਸਾਡੇ ਜ਼ਮੀਰ ਨੇ ਕਿਹਾ ਕਿ ਅਸੀਂ ਆਜ਼ਾਦ ਮੁਲਕ ਦੇ ਵਿੱਚ ਗੁਲਾਮੀ ਭਰੀ ਜ਼ਿੰਦਗੀ ਨਹੀਂ ਜੀ ਸਕਦੇ ਅਸੀਂ ਇਸ ਵਾਅਦੇ ਦਾ ਵਿਰੋਧ ਕਰਦੇ ਹਾਂ ਅਤੇ ਤਾਨਾਸ਼ਾਹੀ ਫੈਸਲੇ ਦਾ ਵਿਰੋਧ ਕਰਦੇ ਹਾਂ 5 ਤਰੀਕ ਨੂੰ ਪੰਜਾਬ ਦਾ ਬਜਟ ਆਉਣ ਲੱਗਾ ਕੇਂਦਰ ਸਰਕਾਰ ਦੇ ਬਜਟ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲੀ ਲੱਗਦਾ ਕਿ ਪੰਜਾਬ ਦੇ ਬਜਟ ਤੋਂ 5 ਤਰੀਕ ਰਾਹਤ ਮਿਲ ਸਕਦੀ ਕੀ ਉਮੀਦਾਂ ਲਾਈਆਂ ਸਰਕਾਰ ਸਰ ਅਸੀਂ ਸਰਕਾਰਾਂ ਤੋਂ ਕੋਈ ਉਮੀਦ ਰੱਖਦੇ ਨਹੀਂ ਅਸੀਂ ਤਾਂ ਹੁਣ ਵੈਸੇ ਤਾਂ ਸੁਣਿਆ ਸੀ ਵੀ ਮਾਵਾਂ ਬੱਚੇ ਨੂੰ ਦੁੱਧ ਤਾਂ ਦਿੰਦੀਆਂ ਜੇ ਬੱਚਾ ਰੋਵੇ ਤੇ ਅਸੀਂ ਤਾਂ ਰੋਨੇ ਕਰਲਾਉਂਦੇ ਪਏ ਹਾਂ ਨਾ ਸੈਂਟਰ ਗੌਰਮੈਂਟ ਨੂੰ ਕੋਈ ਫਰਕ ਪੈਂਦਾ ਅਤੇ ਨਾ ਪੰਜਾਬ ਗੌਰਮੈਂਟ ਨੂੰ ਕੋਈ ਫਰਕ ਪੈ ਰਿਹਾ ਹੈਗੇ ਸਾਰੇ ਇੱਕੋ ਥੈਲੀ ਦੇ ਚੱਟੇ ਬੱਟੇ ਹੀ ਨੇ ਇਸ ਕਰਕੇ ਪਹਿਲਾਂ ਸਕੂਲਾਂ ਦੇ ਮਸਲੇ ਦੇ ਆਪਾਂ ਧਰਨਿਆਂ 'ਤੇ ਸੀ ਲੋਕਾਂ ਦੇ ਨਾਲ ਸੋਸ਼ਲ ਐਕਟੀਵਿਸਟ ਬਣ ਕੇ ਅੱਜ ਤੱਕ ਉਹਦੀਆਂ ਤਰੀਕਾਂ ਪੈ ਰਹੀਆਂ ਕੋਰਟਾਂ ਦੇ ਵਿੱਚ ਕਿਸੇ ਨੂੰ ਕੋਈ ਨਿਆਂ ਨਹੀਂ ਮਿਲਿਆ ਕਿਹੜਾ ਐਡਾ ਵੱਡਾ ਮੁੱਦਾ ਸੀ ਜਿਹਦੀਆਂ ਅੱਜ ਤੱਕ ਤਰੀਕਾਂ ਪੈ ਰਹੀਆਂ ਕਿਸਾਨ 6 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ ਕਿ ਆਪਣੀ ਫਸਲ ਨੂੰ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਲੇਕਿਨ ਮੋਦੀ ਸਰਕਾਰ ਹੈ ਕਿ ਬੰਨ੍ਹ ਕੇ ਖੀਰ ਖਵਾਉਣ ਦੀ ਨਾ ਤੁਹਾਨੂੰ ਖਵਾਉਣੀ ਖਵਾਉਣੀ ਹੈ ਅੱਗੇ 15-15 ਲੱਖ ਸਾਡੇ ਖਾਤੇ 'ਚ ਇਹਨਾਂ ਧੱਕੇ ਨਾ ਪਾਏ ਆ ਹੁਣ ਉਹਨਾਂ ਨੂੰ ਕਰੋੜਾਪਤੀ ਬਣਾਉਣ ਦੀ ਧੱਕਾ ਕਰ ਰਹੇ ਆ ਹੁਣ ਡੀਜ਼ਲ ਪੈਟਰੋਲ ਦੇ ਵਾਧੇ ਕਰ ਰਹੇ ਆ ਪਤਾ ਨਹੀਂ ਸਾਨੂੰ ਕਿੱਦਾਂ ਦੀ ਸ਼ਾਹੂਕਾਰੀ ਇਹਨਾਂ ਨੇ ਦੇਣੀ ਹੈ ਸਾਡੀ ਸਮਝ ਤੋਂ ਤੇ ਬਾਹਰ ਹੈ ਜੀ ਹਾਂਜੀ ਸਰ ਤੁਹਾਡਾ ਨਾਮ ਮੇਰਾ ਨਾਮ ਬੇਤਰੇ ਬਬਲੂ ਮੈਂ ਇਹ ਸਰਬ ਸਾਂਝੀ ਪਾਰਟੀ ਜਿਹੜਾ ਧਰਨਾ ਲਾਇਆ ਗਿਆ ਬਹੁਤ ਵਧੀਆ ਧਰਨਾ ਮੈਂ ਇਹ ਸੋਸ਼ਲ ਕਾਲ ਜਿੰਨੀਆਂ ਵੀ ਗਿਆ ਮੈਂ ਜਿੱਥੇ ਜਿੱਥੇ ਸੋਸ਼ਲ ਕਾਲ ਹੋਏਗੀ ਉੱਥੇ ਉੱਥੇ ਪਹੁੰਚਾਂਗੇ ਆਪਾਂ ਕਿਉਂਕਿ ਜੇ ਆਪਾਂ ਆਮ ਆਦਮੀ ਪਾਰਟੀ ਆਮ ਬੰਦਿਆਂ ਨੂੰ ਨਹੀਂ ਖਲੋ ਸਕਦੇ ਹਾਂ ਅਤੇ ਆਮ ਲੋਕਾਂ ਵਿੱਚ ਨਹੀਂ ਵਿਚਰ ਸਕਦੇ ਫਿਰ ਤਾਂ ਇਹੋ ਜਿਹੀ ਪਾਰਟੀ ਪਾਈ ਦਾ ਕੋਈ ਫਾਇਦਾ ਵੀ ਨਹੀਂ ਹੁੰਦਾ ਕਿਉਂਕਿ ਜਿੱਥੇ ਜਿੱਥੇ ਇਹਨਾਂ ਨੂੰ ਲੋੜ ਹੈ ਆਪਾਂ ਇਹਨਾਂ ਨਾਲ ਖਲੋਤੇ ਹਾਂ ਇਹਨਾਂ ਦੇ ਬੈਕਣ 'ਤੇ ਇੰਨੇ ਬੁਰੀ ਸਪੋਰਟ ਕਰ ਰਹੇ ਬਿਲਕੁਲ ਸਹੀ ਕਰ ਰਿਹਾ ਹੈ ਕਿਉਂਕਿ ਜੋ ਇਸ ਟਾਈਮ ਰਵੱਈਆ ਵੈ ਇਹ ਨਹੀਂ ਇਕੱਲਾ ਇਹਨਾਂ ਦਾ ਵੈ ਹਰ ਪਰਿਵਾਰ ਦਾ ਹੋ ਚੁੱਕਿਆ ਵੈ ਹਰ ਘਰ ਸਿਲੰਡਰ ਮਹਿੰਗਾ ਹਰ ਘਰ ਬਿਜਲੀ ਮਹਿੰਗੀ ਹਰ ਘਰ ਸ਼ਿਕਸ਼ਾ ਮਹਿੰਗੀ ਇਸ ਕਰਕੇ ਸਿਰਫ ਸਾਂਝੀ ਪਾਰਟੀ ਨੂੰ ਵੀ ਅਪੀਲ ਕਰਾਂਗਾ ਕਿ ਇੱਕ ਪਲੇਟਫਾਰਮ 'ਤੇ ਹੀ ਆਪਾਂ ਅਤੇ ਜਿੱਥੇ ਤੁਸੀਂ ਵੇਖਦੇ ਪਏ ਜੇ ਮਹਿੰਗਾਈ ਦੀ ਗੱਲ ਕਰੀਏ ਸਾਡੇ ਦਿੱਲੀ 'ਚ ਮਹਿੰਗਾਈ ਤੁਸੀਂ ਵੇਖਦੇ ਸਕੂਲ ਬਿਲਕੁਲ ਆਪਾਂ ਕਹੀਏ ਤਾਂ ਉੱਥੇ ਪੈਸੇ ਨਹੀਂ ਲੱਗਦੇ ਸਕੂਲਾਂ ਵਿੱਚ ਹਸਪਤਾਲਾਂ 'ਚ ਪੈਸੇ ਨਹੀਂ ਲੱਗਦੇ ਬਿਜਲੀ ਬਿੱਲ 200 ਯੂਨਿਟ ਮਾਫ ਹੈ ਇੱਥੇ ਪੰਜਾਬ ਸਰਕਾਰ ਨੇ ਬਿਲਕੁਲ ਨਿਚੋੜ ਕੇ ਰੱਖ ਦਿੱਤਾ ਹੈਗਾ ਕਿ ਸਰ ਇੰਨਾ ਕਿ ਬੰਦਾ ਸੁਸਾਈਡ ਕਰਨ ਤੱਕ ਜਾਂਦਾ ਪਿਆ ਵਾ ਜੇ ਇਹ ਸਭ ਨੂੰ ਮਹਿੰਗਾਈ ਵੱਧਦੀ ਰਹੀ ਐਂਡ ਤਾਂ ਤੁਸੀਂ ਵੇਖੋ ਉਸ ਕੋਲ ਕ੍ਰਾਈਮ ਕੰਟਰੋਲ ਹੀ ਨਹੀਂ ਹੋਣਾ ਕਿਉਂਕਿ ਜਦੋਂ ਮਹਿੰਗਾਈ ਵਧੇਗੀ ਘਰ ਦੇ ਖਰਚੇ ਪੂਰੇ ਨਹੀਂ ਹੋਣਗੇ ਬੱਚੇ ਨਸ਼ਿਆਂ 'ਚ ਜਾਣਗੇ ਜਾਂ ਕ੍ਰਾਈਮ ਕਰਨਗੇ ਇਸ ਕਰਕੇ ਅਪੀਲ ਕਰਦਾ ਮੈਂ ਸਰਕਾਰਾਂ ਨੂੰ ਕਿ ਲੋਕਾਂ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਓ ਲੋਕਾਂ ਨੂੰ ਸਹੀ ਦਸ਼ਾ ਵਿੱਚ ਲੈ ਕੇ ਜਾਓ ਇੱਕ ਦਿਨ ਦਾ ਧਰਨਾ ਲਾਉਣਾ ਤੁਹਾਨੂੰ ਲੱਗਦਾ ਸਰਕਾਰ ਨੂੰ ਫਰਕ ਪਏਗਾ ਸਰ ਧਰਨਾ ਇੱਕ ਦਿਨ ਦਾ ਹੋਵੇ ਤਾਂ ਭਾਵੇਂ ਹੋਵੇ 10 ਦਿਨ ਦਾ ਲੇਕਿਨ ਲੋਕਾਂ ਨੂੰ ਜਾਗਰੂਕ ਕਰਨਾ NGO ਦਾ ਕੰਮ ਸੀ NGO ਜਾਗਰੂਕ ਕਰ ਰਹੀ ਹੈ ਆਪਾਂ ਇਹਨਾਂ ਦੀ ਇਹੀ ਸਪੋਰਟ 'ਚ ਕਿ ਅੱਜ ਇਹ NGO ਹੈ ਕੱਲ੍ਹ ਨੂੰ ਸਾਰਾ ਸ਼ਹਿਰ ਬੈਠੂਗਾ ਇੱਕ ਨਾਲ ਇੱਕ 11 ਹੁੰਦੇ ਆ
कोई यह गल नहीं, एक दिन धरना तो एक बंद नहीं माण हों के क्योंकि अखा खोल शासन प्रशासन दियाँ तो धरने से तो चलो बहुत वधिया धरना वे आप कहने पे कि जो इस तरह धरना लगन आप उ मौजूद होया करा।